ਸਾਸਤਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਣਿਆ ਦੋਸਤੋ ਅੱਜ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਸਾਈਪ੍ਰਸ ਦੀਆਂ ਖਾਸ-ਖਾਸ ਖਬਰਾਂ ਦੀ ਜਿਹੜੀ ਕਿ ਬਹੁਤ ਹੀ ਜ਼ਰੂਰੀ ਆ ਤੇ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਤੇ ਇਹ ਦੋਸਤੋ ਜਿਹੜੀਆਂ ਖਬਰਾਂ ਆ ਆਪਾਂ ਇਸ ਵੀਡੀਓ ਦੇ ਵਿੱਚ ਇੱਕ-ਇੱਕ ਕਰਕੇ ਸਾਰੀਆਂ ਸਹੀ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਤਾਂ ਜੋ ਤੁਹਾਨੂੰ ਵੀ ਪਤਾ ਰਹੇ ਕਿ ਸਾਈਪ੍ਰਸ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਤੇ ਨਾਲ ਹੀ ਦੋਸਤੋ ਆਪਾਂ ਸਾਈਪ੍ਰਸ ਦੇ ਵੀਜ਼ਾ ਬਾਰੇ ਗੱਲ ਕਰਾਂਗੇ ਕਿ ਵੀਜ਼ੇ ਲੱਗ ਰਹੇ ਆ ਜਾਂ ਨਹੀਂ ਲੱਗ ਰਿਹਾ ਸੋ ਦੋਸਤੋ ਸ਼ੁਰੂ ਕਰਦੇ ਆ ਪਹਿਲਾਂ ਸਾਈਪ੍ਰਸ ਦੀ ਜਿਹੜੀ ਆ ਕਿ ਬਹੁਤ ਹੀ ਖਾਸ ਨਿਊਜ਼ ਆ ਜਿਹਦੇ ਬਾਰੇ ਆਪਾਂ ਨੂੰ ਜਾਣਨਾ ਜ਼ਰੂਰੀ ਆ ਜਿਹੜੇ ਕਿ ਸਾਈਪ੍ਰਸ ਦੇ ਵਿੱਚ ਰਹਿ ਰਹੇ ਆ ਸੋ ਦੋਸਤੋ 18 ਅਕਤੂਬਰ ਤੋਂ ਜਿੰਨਾਂ ਕੋਲ ਜਿੱਦਾਂ ਕਿ ਪਹਿਲੀ ਡੋਜ਼ ਲੱਗੀ ਹੋਈ ਆ ਉਹਨਾਂ ਨੂੰ ਦੂਜੀ ਡੋਜ਼ ਲਗਵਾਣੀ ਜ਼ਰੂਰੀ ਆ ਕਿਉਂਕਿ ਪਹਿਲੀ ਡੋਜ਼ ਵਾਲਾ ਜਿਹਦਾ ਕਿ ਅੱਗੇ ਆਪਾਂ ਸੁਪਰਮਾਰਕਟ ਵਗੈਰਾ ਜਾਕ ਤੇ ਵੀ ਜਾਂਦੇ ਸੀ ਉਹਨੂੰ ਸੇਫ ਪਾਸ ਮੰਨਿਆ ਜਾਂਦਾ ਸੀ ਪਰ ਹੁਣ ਇਹ ਇੱਕ ਡੋਜ਼ ਵਾਲਾ 18 ਅਕਤੂਬਰ ਤੋਂ ਸੇਫ ਪਾਸ ਨਹੀਂ ਮੰਨਿਆ ਜਾਵੇਗਾ ਜਿਨ੍ਹਾਂ ਦੇ ਦੋ ਡੋਜ਼ ਲੱਗੀਆਂ ਹੋਣਗੀਆਂ ਫੁੱਲ ਵੈਕਸੀਨ ਹੋਊਗੀ ਕਹਿਣ ਦਾ ਮਤਲਬ ਉਹਨਾਂ ਨੂੰ ਹੀ ਜਿਹੜਾ ਕਿ ਉਹ ਹੀ ਸੇਫ ਪਾਸ ਮੰਨਿਆ ਜਾਊਗਾ ਸੋ ਇਹ ਦੋਸਤੋ ਜਾਣਕਾਰੀ ਆ ਜਿਹੜੀ ਕਿ ਸਾਰਿਆਂ ਦੋਸਤਾਂ ਨੂੰ ਪਤਾ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ 18 ਅਕਤੂਬਰ ਤੋਂ ਬਾਅਦ ਤੁਹਾਨੂੰ ਕੋਈ ਵੀ ਜਿਹੜਾ ਕਿ ਜੁਰਮਾਨਾ ਵਗੈਰਾ ਨਾ ਹੋ ਸਕੇ ਸੋ ਦੋਸਤੋ ਤੁਸੀਂ ਵੈਕਸੀਨ ਜ਼ਰੂਰ ਲਵਾਓ ਅਤੇ ਦੋਨੋਂ ਡੋਜ਼ ਲਵਾ ਕੇ ਉਸ ਤੋਂ ਬਾਅਦ ਤੁਸੀਂ ਆਪਣਾ ਆਨਲਾਈਨ ਜਿਹੜਾ ਵਾ ਸਰਟੀਫਿਕੇਟ ਜਿਹੜਾ ਵਾ ਕੀ ਡਾਊਨਲੋਡ ਕਰ ਸਕਦੇ ਆ ਇਸ ਸਰਟੀਫਿਕੇਟ ਦਾ ਬਹੁਤ ਜ਼ਿਆਦਾ ਫਾਇਦਾ ਹੈ ਜਦੋਂ ਤੁਸੀਂ ਇੰਡੀਆ ਜਾਣਾ ਜਾਂ ਕਿਸੇ ਹੋਰ ਕੰਟਰੀ ਜਾਣਾ ਵਾ ਇਹ ਜਿਹੜਾ ਸਰਟੀਫਿਕੇਟ ਤੁਹਾਡੇ ਬਹੁਤ ਕੰਮ ਆਉਂਦਾ ਆ ਅਤੇ ਨਾਲ ਹੀ ਆਪਾਂ ਕਿਸੇ ਵੀ ਜੁਰਮਾਨੇ ਤੋਂ ਬਚ ਸਕਦੇ ਆ ਸੋ ਦੋਸਤੋ ਇਹ ਦੇ ਵਿੱਚ ਤੁਸੀਂ ਜਦੋਂ ਵੈਕਸੀਨ ਲਵਾਉਣੀ ਆ ਆਪਣਾ ਮੋਬਾਈਲ ਨੰਬਰ ਜਿਹੜਾ ਵਾ ਬਿਲਕੁਲ ਸਹੀ ਨੰਬਰ ਲਿਖਾਉਣਾ ਹੈ ਜਿਹੜਾ ਕਿ ਤੁਹਾਡੇ ਕੋਲ ਚੱਲਦਾ ਆ ਮੌਜੂਦਾ ਟਾਈਮ ਦੇ ਵਿੱਚ ਮੋਬਾਈਲ ਨੰਬਰ ਦੇਣਾ ਜ਼ਰੂਰੀ ਇਸ ਕਰਕੇ ਆ ਦੋਸਤੋ ਕਿਉਂਕਿ ਜਦੋਂ ਤੁਸੀਂ ਆਪਣਾ ਸਰਟੀਫਿਕੇਟ ਆਨਲਾਈਨ ਜਿਹੜਾ ਕੀ ਡਾਊਨਲੋਡ ਕਰਨਾ ਵਾ ਜਦੋਂ ਤੁਸੀਂ ਉੱਤੇ ਜਿਹੜੀ ਆ ਇਨਫੋਰਮੇਸ਼ਨ ਫੁੱਲ ਫੁੱਲਫਿਲ ਕਰਦੇ ਆ ਤਾਂ OTP ਜਿਹੜਾ ਕੀ ਤੁਹਾਡੇ ਮੋਬਾਈਲ ਨੰਬਰ ਤੇ ਆਉਂਦਾ ਹੈ ਜਿਹੜਾ ਤੁਸੀਂ ਦਿੱਤਾ ਹੋਇਆ ਹੁੰਦਾ ਹੈ OTP ਆਉਣ ਤੋਂ ਬਾਅਦ ਤੁਸੀਂ ਉਹਨੂੰ ਐਂਟਰ ਕਰਕੇ ਉਸ ਤੋਂ ਬਾਅਦ ਆਪਣਾ ਸਰਟੀਫਿਕੇਟ ਜਿਹੜਾ ਕੀ ਡਾਊਨਲੋਡ ਕਰ ਸਕਦੇ ਆ ਦੇ ਨਾਲ ਹੀ ਦੋਸਤੋ ਹੁਣ ਸਾਈਪ੍ਰਸ ਦੇ ਵਿੱਚ 80 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਤੇ ਹੁਣ ਜਿਹੜੀ ਕਿ ਤੀਜੀ ਡੋਜ਼ ਜਾਨੀ ਕਿ ਕੈਂਜੇਲੂ ਕਿਹਾ ਜਾਂਦਾ ਹੈ ਕਿ ਬੂਸਟ ਡੋਜ਼ ਜਿਹੜੀ ਆ ਲਗਣੀ ਸ਼ੁਰੂ ਹੋ ਚੁੱਕੀ ਆ ਤੇ ਉਹਦੀ ਅਪਾਇੰਟਮੈਂਟ ਵਗੈਰਾ ਬਣ ਰਹੀਆਂ ਆ ਸੋ ਦੋਸਤੋ ਹੁਣ ਗੱਲ ਕਰਦੇ ਆਂ ਆਪਾਂ ਸਾਈਪ੍ਰਸ ਤੋਂ ਇੰਡੀਆ ਜਾਣ ਬਾਰੇ ਕਿਉਂਕਿ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਆਉਂਦੇ ਆ ਆਪਣੇ ਫੇਸਬੁਕ ਪੇਜ ਤੇ ਅਤੇ YouTube ਚੈਨਲ ਤੇ ਸੋ ਦੋਸਤੋ ਆਪਣਾ YouTube ਚੈਨਲ ਸਾਈਪ੍ਰਸ ਲਾਈਵ ਆ ਤੇ ਫੇਸਬੁਕ ਪੇਜ ਵੀ ਸਾਈਪ੍ਰਸ ਲਾਈਵ ਆ ਜਿਨ੍ਹਾਂ ਦੋਸਤਾਂ ਨੇ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਇਸ ਚੈਨਲ ਵਿੱਚ ਇਸੇ ਤਰ੍ਹਾਂ ਦੀ ਜਾਣਕਾਰੀ ਵਾਲੀਆਂ ਵੀਡੀਓ ਆਪਾਂ ਅਪਲੋਡ ਕਰਦੇ ਰਹਿੰਦੇ ਆ ਤੇ ਸਹੀ ਜਾਣਕਾਰੀ ਤੁਹਾਡੇ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਤੱਕ ਜਾਣਕਾਰੀ ਪਹੁੰਚਦੀ ਹੋ ਜਾਵੇ ਸੋ ਦੋਸਤੋ ਹੁਣ ਗੱਲ ਕਰਦੇ ਆ ਸਾਈਪ੍ਰਸ ਤੋਂ ਇੰਡੀਆ ਤੇ ਇੰਡੀਆ ਤੋਂ ਸਾਈਪ੍ਰਸ ਆਉਣ ਬਾਰੇ ਕਿ ਫਲਾਈਟ ਵਗੈਰਾ ਚੱਲ ਰਹੀ ਆ ਜਾਂ ਨਹੀਂ ਚੱਲ ਰਹੀ ਸੋ ਦੋਸਤੋ ਸਹਣੋ ਜਿਹੜੀਆਂ ਕਿ ਫਲਾਈਟ ਵਗੈਰਾ ਸਾਰੀਆਂ ਚੱਲ ਰਹੀਆਂ ਕਤਰ 에ਰ ਲਾਈਨ ਵਗੈਰਾ ਸਾਰੀ ਜਿਹੜੀਆਂ ਆਪਰੇਟ ਹੋ ਰਹੀ ਆ ਇੰਡੀਆ ਤੋਂ ਤੇ ਸਾਈਪ੍ਰਸ ਤੋਂ ਜਿਹੜੀ ਕਿ ਇਹ ਜਿਹੜੀਆਂ ਫਲਾਈਟ ਵਗੈਰਾ ਚੱਲ ਰਹੀਆਂ ਵਾ ਦੋਸਤੋ ਇੰਡੀਆ ਤੋਂ ਜੇਕਰ ਤੁਸੀਂ ਸਾਈਪ੍ਰਸ ਆਣਾ ਹੈ ਤੇ ਤੁਹਾਡੇ ਕੋਲ ਜਿਹੜਾ ਕਿ ਤੁਹਾਡੇ ਕੋਲ ਜਿਹੜਾ ਕਿ ਇਹ ਫਲਾਈਟ ਪਾਸ ਸਾਈਪ੍ਰਸ ਦੇ ਵਿੱਚ ਜਿਹੜਾ ਕਿ ਆ ਐਂਟਰ ਹੋਣ ਵਾਸਤੇ ਜਿਹੜਾ ਕਿ ਫਲਾਈਟ ਪਾਸ ਹੋਣਾ ਜ਼ਰੂਰੀ ਆ ਤੇ ਨੈਗੇਟਿਵ ਟੈ ਚਾਹੇ ਤੁਹਾਡੇ ਜਿਹੜੀ ਆ ਵੈਕਸੀਨ ਲੱਗੀ ਹੋਈ ਆ ਚਾਹੇ ਤੁਹਾਡੇ ਕੋਲ ਸਰਟੀਫਿਕੇਟ ਹੈਗਾ ਜਾਂ ਨਹੀਂ ਹੈਗਾ ਫਿਰ ਵੀ ਤੁਹਾਨੂੰ ਤੁਹਾਡੇ ਕੋਲ ਜਿਹੜੀ ਆ ਨੈਗੇਟਿਵ ਰਿਪੋਰਟ ਟੈਸਟ ਰਿਪੋਰਟ ਜਿਹੜੀ ਕੀ ਹੁਣੀ ਚਾਹੀਦੀ ਆ ਸੋ ਦੋਸਤੋ ਹੁਣ ਗੱਲ ਕਰ ਲੈਂਦੇ ਆ ਵੀਜ਼ਾ ਦੀ ਸੋ ਦੋਸਤੋ ਜਿਹੜੇ ਕਿ ਵੀਜ਼ੇ ਆ ਉਹ ਵੀ ਹੁਣ ਤਕਰੀਬਨ ਲੱਗਨੇ ਸ਼ੁਰੂ ਹੋ ਗਏ ਆ ਜਿਹਦੇ ਵਿੱਚ ਜਿਹੜੇ ਕਿ ਆਪਾਂ ਨੂੰ ਪਹਿਲਾਂ ਵੀ ਦੱਸਿਆ ਜਿਨ੍ਹਾਂ ਦੋਸਤਾਂ ਦੀ ਜਿਹੜੇ ਕਿ ਪੇਪਰ ਵਗੈਰਾ ਜਿਹੜੇ ਐਕਸਪਾਇਰ ਹੋ ਗਿਆ ਉਹਨਾਂ ਨੂੰ ਦੁਬਾਰਾ ਤੋਂ ਜਿਹੜੇ ਆ ਪੇਪਰ ਵਗੈਰਾ ਬਣਾਉਣੇ ਪੈਣਗੇ ਖਾਸ ਕਰਕੇ ਪੀਸੀਸੀ ਆ ਜਿਹੜੀ ਉਹ ਦੁਬਾਰਾ ਤੁਹਾਨੂੰ ਸੋ ਦੋਸਤੋ ਨਾਲ ਹੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਕਿ ਹੁਣ ਇਸ ਟਾਈਮ ਸਾਰੇ ਹੀ ਯੂਰਪ ਕੰਟਰੀਆਂ ਦੇ ਜਿਹੜੇ ਕਿ ਵੀਜ਼ੇ ਲੱਗਣੇ ਸਟਾਰਟ ਹੋ ਗਏ ਆ ਜਿੱਥੇ-ਜਿੱਥੇ ਤੁਸੀਂ ਜਾਣਾ ਚਾਹੁੰਦੇ ਆ ਉਸ ਕੰਟਰੀ ਦਾ ਤੁਸੀਂ ਯੂਰਪ ਕੰਟਰੀ ਦਾ ਅਪਲਾਈ ਕਰ ਸਕਦੇ ਆ ਤੇ ਸਹੀ ਜਾਣਕਾਰੀ ਲੈ ਕੇ ਤੁਸੀਂ ਆਪਣਾ ਖੁਦ ਵੀ ਵੀਜ਼ਾ ਅਪਲਾਈ ਕਰ ਸਕਦੇ ਆ ਆਨਲਾਈਨ ਵੀ ਵੀਜ਼ਾ ਪ੍ਰਾਈ ਕਰ ਸਕਦੇ ਆ ਜਿਵੇਂ ਕਿ ਯੂਕਰੇਨ ਦਾ ਜਿਹੜਾ ਕਿ ਈ ਵੀਜ਼ਾ ਜਿਹੜਾ ਕਿ ਜਾਣ ਕੇ ਜਿੱਦਾਂ ਕਿ ਪਹਿਲੀ ਵੀਡੀਓ ਦੇ ਵਿੱਚ ਵੀ ਆਪਾਂ ਪਿਛਲੀ ਵੀਡੀਓ ਚ ਵੀ ਤੁਹਾਨੂੰ ਦੱਸਿਆ ਸੀ ਕਿ ਬਹੁਤ ਸਾਰੇ ਦੋਸਤਾਂ ਯੂਕਰੇਨ ਜਿਹੜੇ ਕਿ ਜਾ ਰਹੇ ਆ ਉਹ ਵੀ ਸਟੱਡੀ ਬੇਸ ਤੇ ਤੇ ਉਹ ਕਾਫੀ ਜ਼ਿਆਦਾ ਪੈਸੇ ਲਾ ਕੇ ਜਾ ਰਹੇ ਆ ਪਰ ਉੱਥੇ ਜਿਹੜੇ ਕਿ ਆ ਸਟੂਡੈਂਟ ਦੇ ਹਾਲਾਤ ਆ ਜਿਹੜੇ ਕਿ ਉਹ ਬਿਲਕੁਲ ਸਹੀ ਨਹੀਂ ਹੈਗੇ ਸੋ ਦੋਸਤੋ ਇਹ ਚੀਜ਼ ਦਾ ਖਿਆਲ ਰੱਖੋ ਜੇਕਰ ਪਹਿਲਾਂ ਤੁਸੀਂ ਜਾਣਾ ਚਾਹੁੰਦੇ ਆ ਤੇ ਤੁਸੀਂ ਖੁਦ ਜਿਹੜਾ ਈ ਵੀਜ਼ਾ ਜਿਹੜਾ ਯੂਕਰੇਨ ਦਾ ਉਹ ਅਪਲਾਈ ਕਰੋ ਕੁਝ ਪੈਸਿਆਂ ਦੇ ਵਿੱਚ ਥੋੜੇ ਪੈਸਿਆਂ ਦੇ ਵਿੱਚ ਹੀ ਜਿਹੜਾ ਕਿ ਅਪਲਾਈ ਹੋ ਜਾਂਦਾ ਵਾ ਟੂਰਿਸਟ ਵੀਜ਼ੇ ਦੇ ਵਿੱਚ ਪਹਿਲਾਂ ਤੁਸੀਂ ਜਾ ਕੇ ਉੱਥੇ ਹਾਲਾਤ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਦੇ ਆ ਉਸ ਤੋਂ ਬਾਅਦ ਤੁਸੀਂ ਜੇ ਜਾਣਾ ਚਾਹੁੰਨਾ ਆ ਤਾਂ ਤੁਸੀਂ ਜਾ ਸਕਦੇ ਆ ਆਪਣੇ ਕੰਮ ਦੇ ਹਿਸਾਬ ਨਾਲ ਵੀ ਅਸੀਂ ਉੱਥੇ ਜਾ ਕੇ ਕੀ ਕੰਮ ਕਰ ਸਕਦੇ ਆ ਕਿਸ ਤਰ੍ਹਾਂ ਦੇ ਉੱਥੇ ਕੰਮ ਆਪਾਂ ਨੂੰ ਮਿਲ ਸਕਦੇ ਆ ਇਸ ਤਰੀਕੇ ਨਾਲ ਤੁਸੀਂ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਆ ਸੋ ਦੋਸਤੋ ਜਿਹੜੇ ਦੋਸਤ ਆਪਣੇ ਨਾਲ WhatsApp ਤੇ ਗੱਲ ਕਰਨਾ ਚਾਹੁੰਦੇ ਆ ਉਹ ਆਪਣਾ WhatsApp ਨੰਬਰ ਆਪਣੇ YouTube ਚੈਨਲ ਤੇ ਜਾ ਕੇ ਜੁਆਇਨ ਕਰਕੇ ਤੇ ਉੱਥੋਂ ਤੁਸੀਂ ਆਪਣਾ ਜਿਹੜਾ ਕਿ WhatsApp ਨੰਬਰ ਜਿਹੜਾ ਉਹ ਲੈ ਸਕਦੇ ਆ ਤੇ ਆਪਾਂ ਨੂੰ ਕਾਲ ਕਰ ਸਕਦੇ ਆ ਸੰਡੇ ਜਾਂ ਸ਼ਨੀਵਾਰ ਵਾਲੇ ਦਿਨ ਸੋ ਦੋਸਤੋ ਬਾਕੀ ਜਿਹੜਾ ਜਿਹਨਾਂ ਦੋਸਤਾਂ ਨੇ ਨਹੀਂ ਵੀ ਜੁਆਇਨ ਕਰਨਾ ਉਹ ਆਪਣੇ Facebook ਪੇਜ ਆ ਜਿਹੜਾ Cyprus Live ਉੱਤੇ ਬਹੁਤ ਸਾਰੇ ਦੋਸਤ ਜਿਹੜੇ ਕਿ ਮੈਸੇਜ ਕਰਦੇ ਰਹਿੰਦੇ ਆ ਜਿਨ੍ਹਾਂ ਦਾ ਮੈਂ ਟਾਈਮ-ਟਾਈਮ ਤੇ ਜਿਹੜਾ ਕਿ ਮੈਸੇਜਾਂ ਦਾ ਰਿਪਲਾਈ ਕਰਦਾ ਰਹਿਣਾ ਆ ਤੇ ਨਾਲ ਹੀ ਬਹੁਤ ਸਾਰੇ ਦੋਸਤਾਂ ਨੇ ਜਿਨ੍ਹਾਂ ਕਿ ਹੁਣ ਇਸ ਟਾਈਮ ਜਿਨ੍ਹਾਂ ਦੇ ਵੀਜ਼ੇ ਆਏ ਉਹਨਾਂ ਨੇ ਆਪਾਂ ਨੂੰ ਸੈਂ ਤੇ ਇਸੇ ਕੀ ਤੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਹੋਰਾਂ ਵੀ ਦੋਸਤਾਂ ਨੂੰ ਜਿਹੜੇ ਵੀ ਆਪਣ ਕੋ ਵੀਜ਼ਾ ਵਗੈਰਾ ਜਿਹੜਾ ਕਿ ਦਿਖਾਉਣਾ ਚਾਹੁੰਦੇ ਆ ਕਿ ਵੀਜ਼ੇ ਦੇ ਵਿੱਚ ਕੋਈ ਪ੍ਰੋਬਲਮਤ ਨਹੀਂ ਜਾਂ ਕਿਦਾਂ ਉਹ ਆਪਣੀ ਜਿਹੜੀ ਕਿ ਆ ਪੀਡੀਐਫ ਫਾਈਲ ਜਿਹੜੀ ਕਿ ਭੇਜਿਆ ਕਰੋ ਤਾਂ ਜੋ ਜਿਹੜਾ ਕਿ ਵੀਜ਼ੇ ਦੀ ਜਿਹੜੀ ਆ ਫੋਟੋ ਉਹ ਜਿਹੜੀ ਕਲੀਅਰ ਆ ਸਕੇ ਤੇ ਜਿਹੜਾ ਕਿ ਸਹੀ ਤਰੀਕੇ ਨਾਲ ਦੇਖ ਸਕੇ ਤੇ ਸਹੀ ਤਰੀਕੇ ਨਾਲ ਪਤਾ ਲੱਗ ਸਕੇ ਸੋ ਦੋਸਤੋ ਆਪਣੇ ਜਿਹਨਾਂ ਦੋਸਤਾਂ ਨੇ ਮੈਸੇਜ ਕਰਨਾ ਆ ਉਹ ਆਪਣੇ ਫੇਸਬੁੱਕ ਪੇਜ ਸਾਈਪਰਸ ਲਾਈਵ ਫੇਸਬੁੱਕ ਪੇਜ ਤੇ YouTube ਚੈਨਲ ਸਾਈਪਰਸ ਲਾਈਵ ਇਹਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿ ਨੂੰ ਆਪਣੇ ਜਿਹੜਾ ਕਿ ਫੇਸਬੁੱਕ ਪੇਜ ਆ ਜਿਹੜਾ ਉਹਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਰੱਬ ਰੱਖਾ